ਜਿੱਥੇ ਮੁੱਖ ਮੰਤਰੀ ਪੰਜਾਬ ਵਿੱਚ ਦਾਅਵੇ ਕਰ ਰਹੇ ਹਨ ਕਿ ਕਾਂਗਰਸ ਦੀ ਸਰਕਾਰ ਨੇ ਸੂਬੇ ਵਿੱਚ ਡਰੱਗ ਦੇ ਨਸ਼ੇ ਨੂੰ ਖਤਮ ਕਰ ਦਿੱਤਾ, ਉੱਥੇ ਹੀ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਰੂਪਨਗਰ ਵਿਖੇ ਰਾਜ ਪੱਧਰੀ ਵਿਸ਼ਵ ਵਾਤਾਵਰਣ ਸਮਾਗਮ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਜਨਤਕ ਤੌਰ 'ਤੇ ਕਹਿ ਕੇ ਕਾਂਗਰਸ ਦੀ 2 ਸਾਲਾਂ ਦੀ ਨਸ਼ੇ ਖਿਲਾਫ਼ ਕਾਰਗੁਜ਼ਾਰੀ ਨੂੰ ਸਵਾਲਾਂ ਦੇ ਘੇਰੇ ਵਿੱਚ ਖੜਾ ਕਰ ਦਿੱਤਾ ਹੈ ਕਿ ਕਾਂਗਰਸ ਸਰਕਾਰ ਨੇ ਪੰਜਾਬ ਵਿੱਚ ਚਿੱਟਾ ਦਾ ਨਸ਼ਾ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ, ਇਸ ਲਈ ਹੁਣ ਪੰਜਾਬ ਵਿੱਚ ਮੈਡੀਕਲ ਨਸ਼ਾ ਵਿਕ ਰਿਹਾ। ਮੰਤਰੀ ਧਰਮਸੋਤ ਦੇ ਇਸ ਬਿਆਨ ਨੇ ਇਹ ਤਾਂ ਸਾਫ਼ ਕਰ ਦਿੱਤਾ ਹੈ ਕਿ ਉਹਨਾਂ ਦੀ ਕਾਂਗਰਸ ਸਰਕਾਰ ਪੰਜਾਬ ਵਿੱਚ ਚਿੱਟੇ ਦੇ ਨਸ਼ੇ ਨੂੰ ਪੂਰੀ ਤਰ੍ਹਾਂ ਖਤਮ ਕਰ ਚੁੱਕੀ ਹੈ, ਲੇਕਿਨ ਹੁਣ ਚੋਰੀ ਛਿਪੇ ਮੈਡੀਕਲ ਨਸ਼ੇ ਵਿਕ ਰਹੇ ਹਨ। ਕਾਫ਼ੀ ਹੱਦ ਤੱਕ ਮੰਤਰੀ ਧਰਮਸੋਤ ਦਾ ਬਿਆਨ ਸੱਚ ਵੀ ਹੈ, ਕਿਉਂਕਿ ਆਏ ਦਿਨ ਪੰਜਾਬ ਦੇ ਨੌਜਵਾਨ ਮੈਡੀਕਲ ਨਸ਼ਿਆਂ ਕਾਰਨ ਨਸ਼ੀਲੇ ਟੀਕੇ ਲਾ ਕੇ ਮਰ ਰਹੇ ਹਨ। ਹੁਣ ਸੋਚਣ ਵਾਲੀ ਗੱਲ ਤਾਂ ਹੈ ਕਿ ਪੰਜਾਬ ਵਿੱਚ ਨਸ਼ੇ ਖਤਮ ਕਰਨ ਦੀ ਸਹੁੰ ਖਾ ਕੇ ਸੱਤਾ ਹਾਸਲ ਕਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੀ ਮੈਡੀਕਲ ਨਸ਼ਿਆਂ ਨੂੰ ਨਸ਼ਾ ਨਹੀਂ ਮੰਨਦੇ? ਕਾਂਗਰਸੀ ਮੰਤਰੀ ਧਰਮਸੋਤ ਨੇ ਅਕਾਲੀ ਖਿਲਾਫ਼ ਹੋਰ ਕੀ ਬੋਲਿਆ, ਲਓ ਤੁਸੀਂ ਖੁਦ ਸੁਣੋ ਧਰਮਸੋਤ ਦੀ ਜ਼ੁਬਾਨੀ। ਜੋ ਪੰਜਾਬ ਦੇ ਵਿੱਚ ਤਰੱਕੀ ਹੋਈ ਹੈ, ਮੈਂ ਕਹਿ ਸਕਦਾ ਕਿ ਪਿਛਲੇ 10 ਸਾਲ ਦੇ ਵਿੱਚ ਜੋ ਪੰਜਾਬ ਦੇ ਵਿੱਚ ਇੰਡਸਟਰੀ ਫੇਲ ਹੋਈ ਸੀ ਔਰ ਘਰ ਘਰ ਨਸ਼ਾ ਸਕੂਲਾਂ ਤੇ ਕਾਲਜਾਂ ਦੇ ਵਿੱਚ ਸਮੇਂ ਟਿਕਾਣਿਆਂ ਤੇ ਪੁੱਜਦੀ ਸੀ, ਅੱਜ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਲੋਕਾਂ ਨਾਲ ਜੋ ਕੀਤਾ ਵਾਦਾ ਕੈਪਟਨ ਅਮਰਿੰਦਰ ਸਿੰਘ ਨੇ 16 ਨੇ ਸੱਚ ਕਰਕੇ ਦਿਖਾਇਆ। ਗੱਲਾਂ ਕਰਨ ਸਿਖਾਲੀਆਂ ਔਖੇ ਪਾਲਣੇ ਬੋਲ ਉਹ ਲੋਕ ਅੱਜ ਕਹਿਣ ਕਿ ਕੈਪਟਨ ਅਮਰਿੰਦਰ ਸਿੰਘ ਨਸ਼ੇ 'ਚ ਛਡਾਉਣ 'ਚ ਫੇਲ ਹੋਇਆ। ਮੈਂ ਪੁੱਛਣਾ ਚਾਹੁੰਦਾ ਅੱਜ ਦੱਸੋ ਕਿਤੇ ਕੋਈ ਸਮੈਕ ਵਿਕ ਰਹੀ, ਕਿਸੇ ਸਕੂਲਾਂ ਦੇ ਕਾਲਜਾਂ 'ਚ ਵਿਕ ਰਹੀ ਹੈ? ਨਹੀਂ। ਅੱਜ ਮੈਡੀਕਲ ਨਸ਼ੇ ਕਿਉਂ ਵਿਕ ਰਹੇ? ਮੈਡੀਕਲ ਚੋਰੀ ਛੁਪੇ ਨਸ਼ੇ ਕਿਉਂ ਮਿਲਦੇ ਤੇ ਵੱਡੇ ਜਿਹੜੇ ਸਮਰਵਰ ਸਿੰਘ ਨੇ ਉਹਨੂੰ ਦੱਤ ਪਾਈ ਹੈ। ਕੈਪਟਨ ਅਮਰਿੰਦਰ ਸਿੰਘ ਦੇ ਪਹਿਲੇ 3 ਮਹੀਨਿਆਂ 'ਚ ਉਹ ਵੱਡੇ ਆਗੂਆਂ ਨੂੰ ਮਜਬੂਰ ਹੋ ਗਿਆ ਇੱਥੋਂ ਛੱਡ ਕੇ ਜਾਣਾ ਜਾਂ ਰੁਕ ਕੇ ਜਾਂ ਕੰਮ ਛੱਡ ਕੇ, ਇਹ ਛੋਟੀ ਗੱਲ ਨਹੀਂ ਹੈ, ਗੱਲ ਤਾਂ ਹਰ ਕੋਈ ਕਰ ਲੈਂਦਾ। ਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰਸਿਮਰਤ ਬਾਦਲ ਖਿਲਾਫ਼ ਦਿੱਤੇ ਬਿਆਨ ਤੇ ਬੋਲਦਿਆਂ ਕਿਹਾ ਕਿ ਕੈਪਟਨ ਅਤੇ ਬਾਦਲ ਪਰਿਵਾਰ ਦੋਵੇਂ ਆਪਸ ਵਿੱਚ ਮਿਲੇ ਹੋਏ ਹਨ। ਉਹਨਾਂ ਕਿਹਾ ਕਿ ਐਸਟੀਐਫ ਦੀ ਰਿਪੋਰਟ ਮੁਤਾਬਕ ਕੈਪਟਨ ਵੱਲੋਂ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਹਨਾਂ ਕਿਹਾ ਕਿ ਜਿੰਨੀ ਦੇਰ ਤੱਕ ਵੱਡੇ ਮਗਰਮੱਛ ਨਹੀਂ ਫੜੇ ਜਾਂਦੇ ਉਦੋਂ ਤੱਕ ਨਸ਼ਿਆਂ ਤੇ ਰੋਕ ਨਹੀਂ ਲੱਗ ਸਕਦੀ। ਬੈਂਸ ਨੇ ਕਿਹਾ ਕਿ ਅਕਾਲੀ ਦਲ ਕਦੋਂ ਤੱਕ ਬਚਦਾ ਰਹੇਗਾ? ਇਸ ਹਵਾਮ ਦੇ ਵਿੱਚ ਕਾਂਗਰਸ ਤੇ ਅਕਾਲੀ, ਕੈਪਟਨ ਤੇ ਬਾਦਲ ਦੋਨੋਂ ਜ਼ਿੰਮੇਵਾਰ ਹੈਗੇ ਆ, ਦੋਨੋਂ ਇਸ ਹਵਾਮ ਦੇ ਵਿੱਚ ਇਕੱਠੇ ਹੈਗੇ ਆ। ਕੈਪਟਨ ਅਮਰਿੰਦਰ ਸਿੰਘ ਐਸਟੀਐਫ ਦੀ ਰਿਪੋਰਟ ਦੇ ਵਿੱਚ ਬਿਕਰਮ ਮਜੀਠੀਆ ਦਾ ਨਾਮ ਕਾਰਵਾਈ ਕਿਉਂ ਨਹੀਂ ਕਰਦੇ? ਕੈਪਟਨ ਅਮਰਿੰਦਰ ਸਿੰਘ ਚਟੋਪਾਧਿਆ ਕਮੇਟੀ ਦੀ ਸੀਲਬੰਦ ਲਿਫਾਫਾ ਰਿਪੋਰਟ ਹਾਈਕੋਰਟ 'ਚ ਗਈ ਹੈ, ਆਪਣੇ ਐਡਵੋਕੇਟ ਜਨਰਲ ਨੂੰ ਭੇਜ ਕੇ ਉਹ ਸੀਲਬੰਦ ਲਿਫਾਫਾ ਰਿਪੋਰਟ ਕਿਉਂ ਨਹੀਂ ਜਨਤਕ ਕਰਦੇ? ਜਿੰਨੀ ਦੇਰ ਤੱਕ ਵੱਡੇ ਮਗਰਮੱਛ ਖੁੱਲ੍ਹੇਆਮ ਤੁਰੇ ਫਿਰਦੇ ਆ, ਇਹ ਸਿਰਫ ਤੇ ਸਿਰਫ ਜਿਹੜੀ ਬਿਆਨਬਾਜ਼ੀ ਹੈ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਹੈਗੀ ਆ। ਅਸਲ ਕਾਰਵਾਈ ਵਾਲੇ ਪਾਸੇ ਕੈਪਟਨ ਅਮਰਿੰਦਰ ਸਿੰਘ ਨਹੀਂ ਜਾਂਦੇ, ਕਿਉਂਕਿ ਕੈਪਟਨ ਤੇ ਬਾਦਲ ਦੀ ਸੰਧੀ ਜਿਹੜੀ ਜਗਜਾਰ ਹੋ ਚੁੱਕੀ ਹੈ। ਬਾਦਲ ਪਰਿਵਾਰ ਕਿੰਨੀ ਦੇਰ ਬਚ ਜਾਊਗਾ? ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ, ਜਿਹਨੇ ਗੁਰੂ ਦੇ ਨਾਲ ਮੱਥਾ ਲਾਇਆ, ਚਾਹੇ ਉਹ ਜ਼ਕਰੀਆ ਖਾਨ ਆ ਤੇ ਚਾਹੇ ਉਹ ਮੱਸਾ ਰੰਗੜ, ਉਹਦਾ ਰਿਹਾ ਕੱਖ ਨਹੀਂ। ਬਾਦਲ ਕਿੰਨੀ ਦੇਰ ਤੱਕ ਬਚ ਜਾਣਗੇ ਕੈਪਟਨ ਅਮਰਿੰਦਰ ਸਿੰਘ ਦੀ ਛਤਰਛਾਇਆ ਹੇਠ? ਕੁੰਵਰ ਵਿਜੇ ਪ੍ਰਤਾਪ ਨੋ ਡਾਊਟ ਓਨੈਸਟ ਅਫੀਸਰ ਆ, ਪਰ ਉਹਨੂੰ ਆਪਣੀ ਜਾਂਚ ਪੜਤਾਲ ਤੁਰੰਤ ਕੰਪਲੀਟ ਕਰਕੇ ਦੋਸ਼ੀਆਂ ਨੂੰ, ਚਾਹੇ ਉਹ ਸਮੇਤ ਸੈਣੀ ਆ, ਚਾਹੇ ਉਹ ਬਾਦਲ ਹੈਗਾ ਤੇ ਚਾਹੇ ਕੋਈ ਹੋਰ ਹੈ,
ਉਹਨਾਂ ਨੂੰ ਫੜ ਕੇ ਅਦਾਲਤ ਦੇ ਕਟਹਿਰੇ 'ਚ ਖੜਾ ਕਰਨਾ ਚਾਹੀਦਾ ਤੁਰੰਤ।